ਸਤਿ ਸ੍ਰੀ ਅਕਾਲ ਦੋਸਤੋ ਟਸ਼ਨ ਪੰਜਾਬੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨਾਲ ਜੁੜੀਆਂ ਦੋ ਅਪਡੇਟਸ ਲੈ ਕੇ ਹਾਜ਼ਰ ਹਾਂ। ਗੱਲ ਕਰਾਂਗੇ ਕਿ ਸਮਾਜ ਸੇਵੀ ਲੱਖਾ ਸਿਧਾਣਾ ਕੀ ਬੋਲਿਆ ਸਿੱਧੂ ਮੂਸੇਵਾਲਾ ਬਾਰੇ, ਤੇ ਨਾਲ ਹੀ ਗੱਲ ਕਰਾਂਗੇ ਰੇਡੀਓ ਹੋਸਟ ਦੀ ਜਿਸ ਨੇ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਬਾਰੇ ਬਿਆਨ ਦਿੱਤਾ ਹੈ। ਗੱਲ ਕਰਦੇ ਹਾਂ ਪਹਿਲੀ ਅਪਡੇਟ ਦੀ। ਦੋਸਤੋ, ਲੱਖਾ ਸਿਧਾਣਾ ਇੱਕ ਚੈਨਲ ਨੂੰ ਇੰਟਰਵਿਊ ਦੇ ਰਿਹਾ ਸੀ ਜਿਸ ਦੌਰਾਨ ਪੰਜਾਬ ਸਰਕਾਰ ਦੇ ਕੰਮਾਂ ਕਾਰਾਂ 'ਤੇ ਗੱਲਬਾਤ ਹੋ ਰਹੀ ਸੀ ਤਾਂ ਲੱਖਾ ਸਿਧਾਣਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤ ਉੱਪਰ ਤਾਂ ਇਹਨਾਂ ਦੇ ਸਾਰੇ MLA ਮੰਤਰੀ ਬੋਲ ਪਏ ਸਨ, ਪਰ ਬਾਕੀ ਮੁੱਦਿਆਂ 'ਤੇ ਕਿਉਂ ਨਹੀਂ ਬੋਲਦੇ? ਕਿਉਂਕਿ ਜਿਹੜੇ MLA ਬੈਠੇ ਆ 92 ਦੇ ਵਿੱਚੋਂ ਤਕਰੀਬਨ 80% MLA ਤਾਂ ਸਿੱਖ ਪਰਿਵਾਰਾਂ ਦੇ ਘਰਾਂ ਤੋਂ ਆ ਔਰ ਆਮ ਘਰਾਂ ਤੋਂ ਆ, ਫਿਰ ਉਹਨਾਂ ਨੂੰ ਨਹੀਂ ਦਿਖਦਾ, ਉਹਨਾਂ ਦੀ ਜ਼ਮੀਰ ਨਹੀਂ ਆਵਾਜ਼ ਮਾਰ ਰਹੀ ਜੀ? ਨਹੀਂ ਵੀਰੇ, ਇਹ ਤਾਂ ਗੂੰਗੇ ਉੱਠ ਵਾਲੀ ਗੱਲ ਆ। ਇਹਨਾਂ ਨੇ ਨਾ ਕਦੇ ਬੋਲਣਾ ਪੰਜਾਬ ਦੇ ਮੁੱਦੇ 'ਤੇ, ਨਾ ਕਦੇ ਬੋਲੇ ਆ। ਬੋਲਣ ਦਾ ਆਪਾਂ ਨੂੰ ਉੱਥੇ ਪਤਾ ਲੱਗਿਆ, ਰਾਜ ਸਭਾ ਮੈਂਬਰ ਭੇਜੇ ਇਹਨਾਂ ਨੇ ਇੱਥੋਂ ਚੁਣ ਕੇ, ਉਦੋਂ ਕਿਹੜਾ ਬੰਦਾ ਬੋਲ ਪਿਆ ਵੀ ਭਾਈ ਇਹ ਪੰਜਾਬ ਪੱਖੀ ਬੰਦੇ ਨਹੀਂ ਹੈਗੇ, ਬੰਦੇ ਪੰਜਾਬ ਪੱਖੀ ਜਾਣੇ ਚਾਹੀਦੇ, ਮਤਲਬ ਹੀ ਨਹੀਂ। ਦੂਜੇ ਪਾਸੇ ਆਪਾਂ ਦੇਖਿਆ ਕਿ ਮੂਸੇਵਾਲੇ ਦਾ ਗੀਤ ਆਇਆ, ਉਹਦੇ ਅੰਦਰ ਸਾਰੇ ਕੋਈ ਪ੍ਰੈਸ ਕਾਨਫਰੰਸ ਕਰੀ ਜਾਂਦਾ, ਕੋਈ ਟਵੀਟ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਕੁਛ ਕਰੀ ਜਾਂਦਾ, ਪਰ ਜਿੱਥੇ ਅਸਲ ਮੁੱਦਿਆਂ 'ਤੇ ਬੋਲਣ ਦੀ ਲੋੜ ਹੈ ਉੱਥੇ ਕੋਈ ਬੋਲਣ ਨੂੰ ਤਿਆਰ ਹੀ ਨਹੀਂ। ਹੁਣ ਗੱਲ ਕਰਦੇ ਹਾਂ ਆਪਣੀ ਦੂਸਰੀ ਅਪਡੇਟ ਦੀ। ਸਾਲ ਕੋ ਪਹਿਲਾਂ ਵਾਇਰਲ ਹੋਈ ਇਸ ਰੇਡੀਓ ਹੋਸਟ ਦੀ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖੀ ਹੀ ਹੋਵੇਗੀ, ਜਿਸ ਵਿੱਚ ਇਸ ਨੇ ਅੱਧੇ ਘੰਟੇ ਵਿੱਚ ਸਿੱਧੂ ਮੂਸੇਵਾਲ ਦੀ ਪ੍ਰਾਪਰਟੀ ਖਰੀਦਣ ਦੀ ਗੱਲ ਕਹੀ ਸੀ। ਅਤੇ ਦੋਸਤੋ, ਹੁਣ ਇੱਕ ਵਾਰ ਫਿਰ ਇਸ ਰੇਡੀਓ ਹੋਸਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਨਾਲ 5 ਹੋਰ ਕਲਾਕਾਰਾਂ ਦੀ ਪ੍ਰਾਪਰਟੀ ਖਰੀਦਣ ਦੀ ਗੱਲ ਕਰ ਰਿਹਾ ਹੈ। ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ। ਮੈਂ ਕਿਹਾ ਮੈਂ ਅੱਜ ਵੀ ਕਹਿੰਦਾ, ਤੁਸੀਂ ਲੋਕ ਫੈਨ ਹੋ ਇਹਨਾਂ ਲੋਕਾਂ ਦੇ, ਤੁਹਾਨੂੰ ਲੱਗਦਾ ਇਹਨਾਂ ਕੋਲ ਸ਼ੋਹਰਤ ਹੈ, ਇਹਨਾਂ ਕੋਲ ਪੈਸਾ, ਇਹਨਾਂ ਕੋਲ ਗੱਡੀਆਂ, ਇਹ ਮਹਿਸੂਸ ਕਰਦੇ ਹੋ ਇਹ ਬ੍ਰੈਂਡ ਨੇਮ ਕੱਪੜੇ ਪਾਉਂਦੇ ਨੇ। ਪੰਜ ਬੰਦੇ, ਪੰਜ ਜਿਹੜੇ ਮਰਜ਼ੀ ਗਾਉਣ ਵਾਲੇ ਮੈਨੂੰ ਲਿਆ ਦਿਓ, ਜਿਹੜੇ ਪੰਜ ਬੰਦਿਆਂ ਦੇ ਨਾਮ ਦੱਸੋ। ਮੈਂ ਅੱਗੇ ਤਾਂ ਮੂਸੇਵਾਲੇ ਦਾ ਕਹਿੰਦਾ ਸੀ ਨਾ, ਪੰਜ ਬੰਦੇ ਗਾਉਣ ਵਾਲੇ ਜਿਹੜਾ ਮਰਜ਼ੀ ਲਿਆਓ, ਮੈਂ ਅੱਧੇ ਘੰਟੇ 'ਚ ਉਹਨਾਂ ਨੂੰ ਕੈਸ਼ ਪੈਸੇ ਦੇ ਕੇ ਉਹਨਾਂ ਦਾ ਸਾਰਾ ਕੁਝ ਬਾਏ ਕਰਾਂਗਾ। ਜੇ ਤੁਹਾਨੂੰ ਇਹ ਲੱਗਦਾ ਵੀ ਇਹਨਾਂ ਕੋਲ ਪੈਸਾ, ਦੌਲਤ ਹੈ, ਸ਼ੋਹਰਤ ਹੈ, ਤਾਂ ਇਹਨਾਂ ਮਗਰ ਜਾਣਾ। ਪੈਸਾ ਕੀ ਹੈ? ਕੁਛ ਨਹੀਂ ਹੈ। ਜਿਹਦੇ ਕੋਲ ਮਰਜ਼ੀ ਇੱਥੇ ਕਈ ਬੰਦੇ ਲਈ ਫਿਰਦੇ, ਮੇਰੇ ਇੱਥੇ ਸਪੌਂਸਰ ਹੈ ਜਿਹਨਾਂ ਕੋਲ 1 ਯਾਰਡ 30-30, 25-25 ਮਿਲੀਅਨ ਦੀ ਮਿਸੀ ਸਾਗਾ 'ਚ ਆ, ਉਹਨਾਂ ਕੋਲ 7-7-8-8 ਯਾਰਡ ਆ। ਇਹਨਾਂ ਕੋਲ ਗਾਉਣ ਵਾਲੇ ਕੋਲ ਹੈ ਕੀ ਆ? 2 ਕਰੋੜ ਦੀ ਕੋਠੀ ਹੋਵੇਗੀ ਚੰਡੀਗੜ੍ਹ, ਹੋਰ ਇਹਨਾਂ ਕੁਛ ਕੀ ਹੈ? ਕੁਛ ਵੀ ਨਹੀਂ ਹੈ।